ਜੀ ਉਸ ਦੌਰ ਦੇ ਹੈ ਵਾਸ਼ਰੂਮ ਬਣੇ ਨੇ ਗੁਸਲਖਾਨਾ ਅਭੀ ਵਾਸ਼ਰੂਮ ਹੈ ਜੀ ਅਸੀਂ ਇਸ ਤੋਂ ਅੱਗੇ ਨਹੀਂ ਜਾ ਸਕਦੇ ਜੀ ਇਸ ਦਰਵਾਜ਼ੇ ਤੁਸੀਂ ਆਏ ਹਾਂ ਜੀ ਅਤੇ ਇਸ ਦਰਵਾਜ਼ੇ 'ਚ ਅਸੀਂ ਜਾਵਾਂਗੇ ਇਹ ਕੁਛ ਇਸ ਤਰ੍ਹਾਂ ਦਾ ਮੰਦਰ ਹੈ ਤੋਂ ਬਿਲਕੁਲ ਓਪਨ ਹੈ ਰਸਤਾ ਜੀ ਚੁੱਕੇ ਅਸੀਂ ਬਹੁਤ ਉਚਾਈ 'ਤੇ ਆ ਚੁੱਕੇ ਹਾਂ ਉਸ ਦੌਰ 'ਚ ਗੁਜ਼ਰਨ ਦਾ ਲੇਕਿਨ ਉੱਧਰ ਜਾਣ ਦਾ ਰਸਤਾ ਬੰਦ ਹੈ ਕਿਉਂਕਿ ਅਸੀਂ ਉਸ ਸਾਈਡ 'ਤੇ ਜਾ ਨਹੀਂ ਸਕਦੇ ਲਓ ਜੀ ਇਹ ਉਸ ਦੌਰ ਦੀ ਖੂਬਸੂਰਤ ਹਿਸਟਰੀ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾਉਣਾ ਚਾਹ ਰਿਹਾ ਆਤਿਸ਼ਦਾਨ ਹੈ ਜੀ ਇਹਦੇ 'ਚ ਕੋਲੇ ਪਏ ਹੋਏ ਨੇ ਚਿਮਟੇ ਪਏ ਨੇ ਨਾਲ ਔਰ ਦਰਬਾਨ ਜਿਹੜੇ ਨੇ ਇਹਨਾਂ ਦੇ ਹੱਥ 'ਚ ਡੰਡੇ ਨੇ ਡਾਂਗਾਂ ਨੇ ਔਰ ਇੱਕ ਮਹਿਮਾਨ ਖਾਨਾ ਹੈ ਹੁਣ ਇੱਥੇ ਪਤਾ ਨਹੀਂ ਕਿਹੜੇ ਮਹਿਮਾਨਾਂ ਨੂੰ ਜਿਹੜਾ ਉਹ ਬਿਠਾਇਆ ਜਾਂਦਾ ਸੀ ਔਰ ਬਿਲਕੁਲ ਸਾਫ਼ ਸੁਥਰੀ ਬਿਲਡਿੰਗ ਔਰ ਤਰੋ ਤਾਜ਼ਾ ਓਕੇ ਓਕੇ ਥੈਂਕ ਯੂ ਜੀ ਨਾਜ਼ਰੀਨ ਅਸੀਂ ਜਾ ਰਹੇ ਹਾਂ ਜੀ ਇਹ ਉਸ ਦੌਰ ਦੇ ਕਿਲ੍ਹੇ ਨੇ ਜੀ ਦੇਖੋ ਜੀ ਨਾਜ਼ਰੀਨ ਉਸ ਦੌਰ ਦੀਆਂ ਇਹ ਸੀੜੀਆਂ ਨੇ ਔਰ ਬਿਲਕੁਲ ਜਨਾਬ ਠੀਕ ਠਾਕ ਨੇ ਯਾਨੀ ਕਿ ਤੁਸੀਂ ਇਹਨਾਂ ਦੇ ਉੱਤੇ ਚੜ੍ਹ ਸਕਦੇ ਹੋ ਦਰਵਾਜ਼ੇ ਨੇ ਜੀ ਦਰਵਾਜ਼ੇ ਨੂੰ ਤਾਲਾ ਲੱਗਾ ਹੋਇਆ ਅਤੇ ਇੱਥੇ ਗਾਰਡ ਬੈਠਾ ਜੀ ਉਹਨੂੰ ਪੁੱਛਿਆ ਸੀ ਕਿ ਉੱਤੇ ਨਹੀਂ ਜਾਣ ਦੇਣਗੇ ਜੀ ਇਸ ਸਾਈਡ 'ਤੇ ਅਸੀਂ ਆਏ ਹਾਂ ਤਾਂ ਅੱਗੇ ਸਾਈਡ 'ਤੇ ਰੋਸ਼ਨੀ ਹੈ ਤੁਹਾਨੂੰ ਕਲੀਅਰ ਜਿਹੜਾ ਦਿਖਾ ਸਕੀਏ ਇਹ ਸੀੜੀਆਂ ਨੇ ਜੀ ਅਤੇ ਉਸ ਦੌਰ ਦਾ ਯਕੀਨਨ ਮੱਲ ਹੋਏਗਾ ਦਰਵਾਜ਼ੇ ਬਹੁਤ ਵੱਡੇ ਨੇ ਜੀ ਅਗਰ ਛੱਤਾਂ ਦੀ ਗੱਲ ਕਰੀਏ ਤਾਂ ਛੱਤਾਂ ਵੀ ਓਵਰਆਲ ਇਹ ਬਾਲਕੋਨੀਆਂ ਨੇ ਹਵਾ ਵਾਸਤੇ ਹਿਸਟਰੀ ਹੈ ਜੀ ਇਹਦੀ ਇਹਦਾ ਇੱਕ ਮੈਂ ਸ਼ਾਰਟ ਲੈ ਰਿਹਾ ਤਾਂ ਕਿ ਅਗਰ ਤੁਸੀਂ ਇਹਨੂੰ ਪੜ੍ਹਨਾ ਚਾਹੋ ਨਹੀਂ ਜੀ ਨਾਜ਼ਰੀਨ ਅਸੀਂ ਕੇ ਚੱਲਦੇ ਹਾਂ ਜੀ ਟਿਕਟ ਆਪਣਾ ਅਸੀਂ ਸੰਭਾਲ ਲਿਆ ਚਲੋ ਸ਼ੁਕਰ ਅਲਹਮਦੁਲਿਲਾਹ ਇਨਸ਼ਾਅੱਲਾ ਉਹ ਵਕਤ ਦੂਰ ਨਹੀਂ ਕਿ ਇਨਸ਼ਾਅੱਲਾ ਪੂਰੀ ਦੁਨੀਆ 'ਤੇ ਇਨਸ਼ਾਅੱਲਾ ਇਸਲਾਮ ਹੀ ਇਸਲਾਮ ਹੋਏਗਾ ਅੱਛਾ ਜੀ ਇਹ ਬੋਲਬਾਲਾ ਹੋਏਗਾ ਇਨਸ਼ਾਅੱਲਾ ਸਲੀਬ ਦਾ ਨਿਸ਼ਾਨ ਮੈਨੂੰ ਨਜ਼ਰ ਆ ਰਿਹਾ ਹੈ ਲੇਕਿਨ ਇਹ ਨਿਸ਼ਾਨ ਜ਼ਾਹਿਰ ਕਰਦਾ ਸਲੀਬ ਦਾ ਨਿਸ਼ਾਨ ਨਜ਼ਰ ਆ ਰਿਹਾ ਜੀ ਸਲੀਬ ਦਾ ਨਿਸ਼ਾਨ ਜ਼ਾਹਿਰ ਕਰਦਾ ਹੈ ਕਿ ਮਸੀਹੀ ਦੌਰ ਜਿਹੜਾ ਅੱਜ ਤੋਂ ਹਜ਼ਾਰ ਸਾਲ ਪਹਿਲਾਂ ਉਸ ਦੌਰ ਦੀ ਬਿਲਡਿੰਗ ਹੈ ਔਰ ਇਹ ਸ਼ਾਇਦ ਉਸੇ ਦੌਰ 'ਚ ਇਹਨੂੰ ਤਾਮੀਰ ਕੀਤਾ ਗਿਆ ਸੀ ਲੇਕਿਨ ਅੱਜ ਤੁਰਕੀ ਦੀ
ਅੱਜ ਇਹ ਤੁਰਕੀ ਦੀ ਮਲਕੀਅਤ ਹੈ ਜੀ ਹਾਂ ਜੀ ਮੁਸਲਮਾਨ ਹੈ ਜੀ ਨਾਜ਼ਰੀਨ ਅਸੀਂ ਹੁਣ ਇਹਦੇ ਚੋਂ ਬਾਹਰ ਨਿਕਲ ਰਹੇ ਹਾਂ ਜੀ ਇਹ ਲਓ ਜੀ ਚੁੱਕ ਸੀ ਕਾਫੀ ਜ਼ਮੀਨ ਤੋਂ ਥੱਲੇ ਗਹਿਰਾਈ ਇਹਦੀ ਔਰ ਬੁਲੰਦੀ ਵੀ ਬਹੁਤ ਜ਼ਿਆਦਾ ਲਓ ਜੀ ਅਸੀਂ ਬਾਹਰ ਆ ਚੁੱਕੇ ਹਾਂ ਔਰ ਟਿਕਟ ਲੈਣ ਵਾਲੇ ਲੋਕ ਜਿਹੜੇ ਨੇ ਲਾਈਨ ਲੱਗੀ ਹੋਈ ਹੈ ਤਕਰੀਬਨ ਦੁਪਹਿਰ ਦੇ 3 ਵਜ ਰਹੇ ਨੇ ਲੇਕਿਨ ਟਿਕਟ ਲੈਣ ਵਾਲਿਆਂ ਦਾ ਰਸ਼ ਹੈ ਹੁਣ ਅਸੀਂ ਅੱਗੇ ਜਾ ਰਹੇ ਹਾਂ ਜੀ ਬਿਲਡਿੰਗ ਹੈ ਜੀ ਜਿਹਦੇ 'ਚੋਂ ਅਸੀਂ ਬਾਹਰ ਆਏ ਹਾਂ ਹੈ ਉਹ ਬਿਲਡਿੰਗ ਹੈ ਜੀ ਨਾਜ਼ਰੀਨ ਕਈ ਸੌ ਸਾਲ ਪਹਿਲਾਂ ਦੇ ਕਾਰੀਗਰਾਂ ਦੀ ਬਿਹਤਰੀਨ ਮੁਹਾਰਤ ਔਰ ਉਸ ਦੌਰ ਦੇ ਬਣੇ ਦਰਵਾਜ਼ੇ ਅੱਜ ਵੀ ਬਿਲਕੁਲ ਉਸੇ ਤਰ੍ਹਾਂ ਹੀ ਤਰੋ ਤਾਜ਼ਾ ਨੇ ਲਓ ਜੀ ਇਹ ਵੀ ਉਸ ਦੌਰ ਦੇ ਕਾਰੀਗਰਾਂ ਦਾ ਇੱਕ ਖੂਬਸੂਰਤ ਔਰ ਉਹਨਾਂ ਦੀ ਮਹਾਰਤ ਦਾ ਮੂੰਹ ਬੋਲਦਾ ਸਬੂਤ ਹਰ ਚੀਜ਼ ਬਿਲਕੁਲ ਇਸ ਤਰ੍ਹਾਂ ਹੀ ਲੱਗਦੀ ਹੈ ਕਿ ਸ਼ਾਇਦ ਕੁਛ ਦਿਨ ਪਹਿਲੇ ਹੀ ਕੋਈ ਮਕੀਨ ਜਿਹੜੇ ਨੇ ਛੱਡ ਕੇ ਗਏ ਨੇ ਕੋਈ ਐਸੇ ਆਸਾਰ ਨਜ਼ਰ ਨਹੀਂ ਆਉਂਦੇ ਉਸ ਦੌਰ ਦੇ ਐਸਾ ਕਦੇ ਵੀ ਨਹੀਂ ਲੱਗਦਾ ਕਿ ਇਹਨੂੰ ਕਈ ਸੌ ਸਾਲ ਹੋ ਗਏ ਨੇ ਹੈ ਉਹ ਮਹੱਲ ਹੈ ਉਹ ਘਰ ਨੇ ਜੀ ਜਿੱਥੇ ਇੱਥੋਂ ਕਈ ਸੌ ਸਾਲ ਪਹਿਲਾਂ ਉਸਮਾਨੇ ਸੰਤਲੀਆ ਸੰਤਲ ਅਤੇ ਉਸਮਾਨੀਆ ਦੇ ਲੋਕ ਜਿਹੜੇ ਨੇ ਉਹ ਰਹਿੰਦੇ ਸਨ ਜੀ ਨਾਜ਼ਰੀਨ ਇਹ ਇੱਕ ਅਲਮਾਰੀ ਹੈ ਜਾਂ ਸੇਫ ਤੁਸੀਂ ਕਹਿ ਸਕਦੇ ਹੋ ਔਰ ਦੇਖੋ ਕਿੰਨੀ ਅੱਜ ਵੀ ਸਾਫ਼ ਸੁਥਰੀ ਔਰ ਬਿਲਕੁਲ ਲੱਗਦਾ ਕਿ ਬਿਲਕੁਲ ਫਰੈਸ਼ ਜਿਹੜੀ ਬਣਾ ਕੇ ਲਗਾਈ ਗਈ ਹੈ ਜਦੋਂ ਕਿ ਗੱਲ ਕਈ ਸੌ ਸਾਲ ਪਹਿਲਾਂ ਦੀ ਯਕੀਨਨ ਉਸ ਦੌਰ ਦੀ ਲੱਕੜੀ ਵੀ ਅੱਛੀ ਸੀ ਔਰ ਲੋਕ ਵੀ ਅੱਛੇ ਸਨ ਜਿਨ੍ਹਾਂ ਨੇ ਐਸਾ ਖੂਬਸੂਰਤ ਔਰ ਮਾਹਰ ਕੰਮ ਕੀਤਾ ਹੈ ਉੱਪਰੋਂ ਬਿਲਕੁਲ ਖਾਲੀ ਹੁਣ ਇਹ ਨਹੀਂ ਪਤਾ ਕਿ ਇਹਦੇ 'ਚ ਪਾਣੀ ਥੱਲੇ ਆਉਂਦਾ ਜਾਂ ਨਹੀਂ ਆਉਂਦਾ ਲੇਕਿਨ ਜਿਸ ਕਦਰ ਜਗ੍ਹਾ ਸਾਫ਼ ਹੈ ਲੱਗਦਾ ਕਿ ਪਾਣੀ ਥੱਲੇ ਨਹੀਂ ਆਉਂਦਾ ਜੀ ਨਾਲੇ ਉਸ ਦੌਰ ਦਾ ਬਾਥਰੂਮ ਹੈ ਟੁੱਟੀਆਂ ਲੱਗੀਆਂ ਹੋਈਆਂ ਨੇ ਔਰ ਇਹ ਬਾਥਰੂਮ ਹੈ ਯਕੀਨਨ ਸੁਲਤਾਨ ਦਾ ਦਰਬਾਰ ਹੋਏਗਾ
जी नाज़रीन, काबिले जिक्र जिहड़ी गल है मैं दसदा चला कि असी एक दरवाजे चों असी इंटर होए सां, हले तक असी बाहर नहीं निकले, हले तक असी महल के अंदर ही हाँ। उस दौर च जी बेहतरीन अकल कुर्सी जिहड़ी है तुहानू देख सकते हो, अकल कुर्सी लिखी हुई है। बड़ी ही खूबसूरत जी मैं तुम्हें एक चीज़ दिखा रहा कि देखो उस दौर की टूटी लगी हुई और अजे भी ये पानी आ रहा है कि कई सौ साल पहले इन्हें टूटियां लगाया गया सी और इन्हें चु पानी जड़ा आज भी आ रहा है और ये भी महल का एक हिस्सा है। जी असी महल के छत पर आ चुके हैं जी और महल की बैक साइड का हिस्सा है। और तुहानू बैक ते इस्तांबुल शहर का खूबसूरत मंदिर नज़र आ रहा है। अच्छा जी स्विमिंग पूल है उस दौर का जोड़ा कि यकीनन शहजादे मलका और बादशाह इतने नहाते हो गए। इस स्विमिंग पूल है जी उस दौर का तकरीबन जिनी हिस्ट्री है जी यदा ऐसा 700 साल तो ज़्यादा ही बनता है लेकिन खिड़की की ग्रिल लगी हुई जी लेकिन इस कदर मजबूत है यदा एक तो वजन जरा कई मन च होगा और इनू तोड़ना या कटना नामुमकिन बात है और अज के शायद जदीद कटर जड़े ने उदे नाल इनू कटिया जा सकता है वरना इनू तोड़न का सवाल नहीं पैदा होंदा। यह भी महल का दरवाज़ा है जी एक जड़ा के अंदर जड़ी रहायशा सन उस दौर के सुल्ताना दियाँ। उस दौर की मस्जिद है जी बिल्कुल मस्जिद भी महल के अंदर है
जी उस दौर च मस्जिद उस दौर दी और उस दौर दे जो नुस्खा कराने पाक ने नज़र आ रहे होंगे जो कि रेल के भी पुराने पाक खुलिया है उस तौर पर यकीन खतीब या इमाम होंगे।